ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਦੇਖੋ ਸਾਡੇ ਦੀਵਾਲੀ ਵਾਲੇ ਦਿਨ ਇੱਦਾਂ ਮਿੱਟੀ ਕੱਢ ਕੇ ਮੱਥਾ ਟੇਕਦੇ ਹਾਂ, ਅਤੇ ਇਹਨਾਂ ਦੇ ਇਹਦੇ ਨਾਲ ਨਾਲ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਹੈਪੀ ਦੀਵਾਲੀ। ਇਹ ਮੰਮੀ ਅਤੇ ਆਂਟੀ ਮੱਥਾ ਟੇਕਣ ਆਏ ਹੋਏ ਨੇ। ਇਹ ਪਿੰਡਾਂ ਦੇ ਪੁਰਾਣੇ ਰਸਮ ਰਿਵਾਜ਼ ਨੇ ਜੋ ਸ਼ੁਰੂ ਤੋਂ ਚੱਲਦੇ ਆ ਰਹੇ ਨੇ। ਦੇਖੋ ਮੰਮੀ ਹੁਣ ਇਹਦੇ ਧਾਗਾ ਲਗੇ ਚਲਾਉਂਦੇ ਨੇ। ਇਹ ਸਾਡੇ ਖੇਤ ਨੇ ਜਿੱਥੇ ਇੱਦਾਂ ਮੱਥਾ ਟੇਕਿਆ ਜਾਂਦਾ ਦੀਵਾਲੀ ਵਾਲੇ ਦਿਨ। ਇਹਨਾਂ ਦੇ ਵਿੱਚ ਪਾਣੀ ਪਾਉਣਾ ਇੱਕ ਦੇ ਵਿੱਚ, ਅਤੇ ਇੱਕ ਕਣਕ ਨਾਲ ਭਰਨੀ ਹੈ, ਅਤੇ ਉੱਪਰ ਜਿਹਨਾਂ ਉੱਪਰ ਧਾਗਾ ਲਪੇਟਿਆ ਇਹਨਾਂ ਵਿੱਚ ਸ਼ੱਕਰ ਪਾ ਦੇਣੀ ਆ। ਅਤੇ ਫਿਰ ਇਹਨਾਂ ਵਿੱਚ ਦੁੱਧ ਪਾ ਦਾਂਗੇ। ਅਤੇ ਉੱਧਰ ਡੈਡੀ ਮਿੱਟੀ ਪੱਟ ਰਹੇ ਨੇ, ਫਿਰ ਇਹ ਮਿੱਟੀ ਮਿੱਟੀ ਸਾਈਡ 'ਤੇ ਰੱਖ ਕੇ 7 ਵਾਰ ਫਿਰ ਮੱਥਾ ਟੇਕਦੇ ਨੇ। ਇਹ ਦੇਖੋ ਹੁਣ ਮੰਮੀ ਅੱਗ ਦੇ ਉੱਪਰ ਘੀ ਪਾਉਣ ਲੱਗੇ ਨੇ। ਇਹਦੇ ਨਾਲ ਨਾਲ ਜੇ ਸਾਡੇ ਚੈਨਲ 'ਤੇ ਨਵੇਂ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਇਹ ਦੇਖੋ ਫਿਰ ਇੱਦਾਂ 7 ਵਾਰ ਪਾਣੀ ਪਾਉਂਦੇ ਨੇ, ਇੱਦਾਂ ਮੱਥਾ ਟੇਕਦੇ ਨੇ। ਹੁਣ ਤਾਂ ਕਾਫੀ ਹੱਦ ਤੱਕ ਰਸਮ ਰਿਵਾਜ਼ ਬਹੁਤ ਘੱਟ ਗਏ, ਪਰ ਸਾਡੇ ਤਾਂ ਪਹਿਲਾਂ ਵਾਂਗੂ ਹੀ ਸਾਰੇ ਰਸਮ ਰਿਵਾਜ਼ ਹੁੰਦੇ ਨੇ। ਉੱਦਾਂ ਹੀ ਮੱਥਾ ਟੇਕਦੇ ਨੇ ਜਿੱਦਾਂ ਪਿਛਲੇ ਟਾਈਮ ਤੋਂ ਚੱਲਦਾ ਆ ਰਿਹਾ। ਇਹਨਾਂ ਨੂੰ ਦੋਗੜਾ ਬੋਲਿਆ ਜਾਂਦਾ ਵੀ ਦੋਗੜਾ ਭਰਨ ਜਾਣਾ। ਚਲੋ ਠੀਕ ਹੈ, ਇਹਦੇ ਨਾਲ ਆਪਾਂ ਵੀਡੀਓ ਦਾ ਐਂਡ ਇੱਥੇ ਕਰ ਦਿੰਦੇ ਹਾਂ। ਐਂਡ 'ਚ ਫਿਰ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਕਰੇ ਦੀਵਾਲੀ ਦਾ ਤਿਉਹਾਰ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ। ਸਤਿ ਸ਼੍ਰੀ ਅਕਾਲ।